ਇਹ ਆਕਾਸ਼ਵਾਣੀ ਜਲੰਧਰ ਹੈ। ਹੁਣ ਤੁਸੀਂ ਅਮਨ ਦੇਵ ਤੋਂ ਖਬਰਾਂ ਸੁਣੋ। ਪਹਿਲਾਂ ਖਾਸ ਖਬਰਾਂ। ਪਾਰਲੀਮੈਂਟ ਦੀਆਂ ਦੋਨੋਂ ਸਭਾਵਾਂ ਅੱਜ ਅਣਮਿੱਥੇ ਸਮੇਂ ਲਈ ਉਠਾ ਦਿੱਤੀਆਂ ਗਈਆਂ ਨੇ। ਕੇਂਦਰੀ ਮੰਤਰੀਆਂ ਤੇ ਪਾਰਲੀਮੈਂਟ ਮੈਂਬਰਾਂ ਨੇ ਸੁਤੰਤਰਤਾ ਦਿਵਸ ਤੋਂ ਪਹਿਲਾਂ ਹਰ ਘਰ ਤਿਰੰਗਾ ਬਾਈਕ ਰੈਲੀ ਚ ਹਿੱਸਾ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਮੱਧ ਪ੍ਰਦੇਸ਼ ਚ 4,000 ਕਰੋੜ ਰੁਪਏ ਤੋਂ ਵੱਧ ਦੇ ਰੇਲ ਤੇ ਸੜਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ ਤੇ ਪੰਜਾਬ ਚ ਪੰਚਾਇਤ ਸਮਿਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਲਈ ਚੋਣਾਂ 25 ਨਵੰਬਰ ਨੂੰ ਜਦਕਿ ਗ੍ਰਾਮ ਪੰਚਾਇਤਾਂ ਲਈ ਚੋਣਾਂ 31 ਦਸੰਬਰ ਨੂੰ ਹੋਣਗੀਆਂ। ਪਾਰਲੀਮੈਂਟ ਦੀਆਂ ਦੋਨੋਂ ਸਭਾਵਾਂ ਅੱਜ ਅਣਮਿੱਥੇ ਸਮੇਂ ਲਈ ਉਠਾ ਦਿੱਤੀਆਂ ਗਈਆਂ ਨੇ। ਲੋਕ ਸਭਾ ਜਦੋਂ 3 ਵਾਰ ਉਠਾਏ ਜਾਣ ਤੋਂ ਬਾਅਦ ਦੁਪਹਿਰ ਬਾਅਦ 1:30 ਵਜੇ ਮੁੜ ਜੁੜੀ ਤਾਂ ਸਪੀਕਰ ਓਮ ਬਿਰਲਾ ਨੇ ਸਮਾਪਤੀ ਟਿੱਪਣੀਆਂ ਕੀਤੀਆਂ ਤੇ ਮਾਨਸੂਨ ਸਮਾਗਮ ਦੌਰਾਨ ਸਭਾ ਦੇ ਕੰਮਕਾਜ ਬਾਰੇ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਸਭਾ ਨੇ ਸਮਾਗਮ ਦੌਰਾਨ 44 ਘੰਟਿਆਂ ਤੋਂ ਵੱਧ ਕੰਮਕਾਜ ਕੀਤਾ। ਉਨਾਂ ਕਿਹਾ ਕਿ ਸਭਾ ਨੇ ਕਰੀਬ 20 ਘੰਟਿਆਂ ਤੱਕ ਬੇਵਸਾਈ ਦੇ ਮਤੇ ਤੇ ਬਹਿਸ ਕੀਤੀ ਅਤੇ ਡਿਜੀਟਲ ਡਾਟਾ ਸੁਰੱਖਿਆ ਬਿੱਲ ਸਮੇਤ 22 ਬਿੱਲ ਵੀ ਪਾਸ ਕੀਤੇ। ਪਹਿਲਾਂ ਲੋਕ ਸਭਾ 3 ਵਾਰ ਉਠਾਉਣੀ ਪਈ। ਕਾਂਗਰਸ ਮੈਂਬਰਾਂ ਨੇ ਕੱਲ ਸਭਾ ਤੋਂ ਇਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੂੰ ਮੁਅੱਤਲ ਕੀਤੇ ਜਾਣ ਤੇ ਸ਼ੋਰ ਸ਼ਰਾਬਾ ਕੀਤਾ। ਜਦੋਂ ਸਭਾ ਦਿਨ ਲਈ ਜੁੜੀ ਤਾਂ ਕਾਂਗਰਸ ਮੈਂਬਰਾਂ ਨੇ ਇਹ ਮੁੱਦਾ ਉਠਾਉਣ ਦੀ ਕੋਸ਼ਿਸ਼ ਕੀਤੀ ਜਿਸ ਦੀ ਸਪੀਕਰ ਓਮ ਬਿਰਲਾ ਨੇ ਆਗਿਆ ਨਹੀਂ ਦਿੱਤੀ। ਸ੍ਰੀ ਚੌਧਰੀ ਨੂੰ ਕੱਲ ਉਨ੍ਹਾਂ ਦੇ ਅਨੁਚਿਤ ਵਿਵਹਾਰ ਲਈ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਇਹ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਭੇਜ ਦਿੱਤਾ ਗਿਆ ਹੈ। ਜਦੋਂ ਸਭਾ ਪਹਿਲੀ ਵਾਰ ਉਠਾਏ ਜਾਣ ਤੇ ਬਾਅਦ ਦੁਪਹਿਰੇ 12 ਵਜੇ ਮੁੜ ਜੁੜੀ ਤਾਂ ਕਾਂਗਰਸ ਡੀਐਮਕੇ ਤੇ ਟੀਐਮਸੀ ਸਮੇਤ ਵਿਰੋਧੀ ਪਾਰਟੀਆਂ ਤੋਂ ਮੈਂਬਰ ਮਨੀਪੁਰ ਮੁੱਦੇ ਤੇ ਨਾਅਰੇਬਾਜ਼ੀ ਕਰਦੇ ਹੋਏ ਸਭਾ ਦੇ ਵਿਚਕਾਰ ਆ ਗਏ। ਵਿਰੋਧੀ ਪਾਰਟੀ ਨੇ ਸ੍ਰੀ ਅਧੀਰ ਰੰਜਨ ਚੌਧਰੀ ਦੀ ਮੁਅੱਤਲੀ ਤੇ ਵਾਕਆਊਟ ਕੀਤਾ। ਰਾਜਸਥਾਨ ਚ ਅਮਨ ਕਾਨੂੰਨ ਦੀ ਹਾਲਤ ਅਤੇ ਮਨੀਪੁਰ ਹਿੰਸਾ ਦੇ ਮੁੱਦਿਆਂ ਤੇ ਸ਼ੋਰ ਸ਼ਰਾਬੇ ਦੇ ਬਾਅਦ ਵਾਰ ਵਾਰ ਵਿਘਨ ਪੈਣ ਦੇ ਕਾਰਨ ਰਾਜ ਸਭਾ ਵੀ ਅਣਮਿੱਥੇ ਸਮੇਂ ਲਈ ਉਠਾ ਦਿੱਤੀ ਗਈ। ਸਭਾ ਨੇ ਰਿਟਾਇਰ ਹੋ ਰਹੇ 9 ਮੈਂਬਰਾਂ ਨੂੰ ਵਿਦਾਈ ਦਿੱਤੀ। ਜਦੋਂ ਰਾਜ ਸਭਾ 2 ਵਾਰ ਉਠਾਏ ਜਾਣ ਤੇ ਬਾਅਦ ਦੁਪਹਿਰ ਬਾਅਦ 2 ਵਜੇ ਮੁੜ ਜੁੜੀ ਤਾਂ ਸਭਾ ਨੇ ਵਿਸ਼ੇਸ਼ ਅਧਿਕਾਰ ਕਮੇਟੀ ਦੀ ਰਿਪੋਰਟ ਆਉਣ ਤੱਕ ਆਮ ਆਦਮੀ ਪਾਰਟੀ ਦੇ ਐਮਪੀ ਰਾਘਵ ਚੱਡਾ ਨੂੰ ਨਿਯਮਾਂ ਦੀ ਕੋਰ ਉਲੰਘਣਾ ਅਤੇ ਹੱਤਕ ਵਾਲੇ ਵਿਹਾਰ ਕਰਕੇ ਮੁਅੱਤਲ ਕਰ ਦਿੱਤਾ ਹੈ। ਸਭਾ ਨੇ ਵਿਸ਼ੇਸ਼ ਅਧਿਕਾਰ ਕਮੇਟੀ ਦੀਆਂ ਸਿਫਾਰਸ਼ਾਂ ਆਉਣ ਤੱਕ ਆਪ ਐਮਪੀ ਸੰਜੇ ਸਿੰਘ ਦੀ ਮੁਅੱਤਲੀ ਨੂੰ ਵੀ ਵਧਾ ਦਿੱਤਾ ਹੈ। ਬਾਅਦ ਵਿਚ ਆਪਣੇ ਵਿਦਾਈ ਸੰਬੋਧਨ ਚ ਸਭਾਪਤੀ ਜਗਦੀਪ ਧਨਖੜ ਨੇ ਸਭਾ ਚ ਵਿਘਨ ਪੈਣ ਤੇ ਚਿੰਤਾ ਜ਼ਾਹਿਰ ਕੀਤੀ ਤੇ ਕਿਹਾ ਕਿ ਉਪਰਲੀ ਸਭਾ ਨੇ ਵਿਘਨ ਕਾਰਨ 44 ਘੰਟੇ ਤੇ 58 ਮਿੰਟਾਂ ਦਾ ਸਮਾਂ ਬਰਬਾਦ ਕੀਤਾ ਹੈ। ਪਾਰਲੀਮੈਂਟ ਨੇ ਕੇਂਦਰੀ ਵਸਤੂ ਤੇ ਸੇਵਾ ਟੈਕਸ CGST ਤਰਮੀਮੀ ਬਿੱਲ 2023 ਤੇ ਸੰਗਠਿਤ ਵਸਤੂ ਤੇ ਸੇਵਾ ਟੈਕਸ IGST ਤਰਮੀਮੀ ਬਿੱਲ 2023 ਪਾਸ ਕਰ ਦਿੱਤਾ ਹੈ। ਲੋਕ ਸਭਾ ਨੇ ਬਿਨਾਂ ਬਹਿਸ ਦੇ ਜ਼ੁਬਾਨੀ ਵੋਟਾਂ ਨਾਲ ਬਿੱਲ ਪਾਸ ਕੀਤਾ। ਬਾਅਦ ਵਿਚ ਰਾਜ ਸਭਾ ਨੇ ਵੀ ਜ਼ੁਬਾਨੀ ਵੋਟਾਂ ਰਾਹੀਂ ਬਿੱਲ ਵਾਪਸ ਕਰ ਦਿੱਤਾ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਇਹ ਬਿੱਲ ਪੇਸ਼ ਕੀਤੇ ਸਨ। CGST ਤਰਮੀਮੀ ਬਿੱਲ 2023 ਚ CGST ਕਾਨੂੰਨ 2017 ਚ ਤੇ IGST ਤਰਮੀਮੀ ਬਿੱਲ 2023 ਚ IGST ਐਕਟ 2017 ਚ ਤਰਮੀਮ ਦਾ ਪ੍ਰਬੰਧ ਹੈ। ਭਾਰਤੀ ਨਿਆਂ ਸੰਹਿਤਾ 2023, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਤੇ ਭਾਰਤੀ ਸਾਕਸ਼ 2023 ਬਿੱਲ ਅੱਜ ਲੋਕ ਸਭਾ ਚ ਪੇਸ਼ ਕੀਤੇ ਗਏ। 3 ਬਿੱਲ ਪੇਸ਼ ਕਰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤੀ ਨਿਆਂ ਸੰਹਿਤਾ 2023, ਇੰਡੀਅਨ ਪੀਨਲ ਕੋਡ 1860 ਦੀ ਅਤੇ ਭਾਰਤੀ ਨਾਗਰਿਕ ਸੁਰੱਖਿਆ 2023, ਕ੍ਰਿਮੀਨਲ ਪ੍ਰੋਸੀਜਰ ਐਕਟ 1898 ਦੀ ਥਾਂ ਲਏਗਾ। ਉਨਾਂ ਕਿਹਾ ਕਿ ਭਾਰਤੀ ਸਾਕਸ਼ ਬਿੱਲ ਇੰਡੀਅਨ ਐਵੀਡੈਂਸ ਐਕਟ 1872 ਦੀ ਥਾਂ ਲਏਗਾ। ਉਨਾਂ ਕਿਹਾ ਕਿ ਇਹ ਬਿੱਲ ਦੇਸ਼ ਦੇ ਅਪਰਾਧਕ ਨਿਆਂ ਸਿਸਟਮ ਨੂੰ ਬਦਲ ਦੇਣਗੇ। ਬਿੱਲਾਂ ਚ ਕੀਤੇ ਗਏ ਪ੍ਰਬੰਧਾਂ ਦਾ ਜ਼ਿਕਰ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਦੇਸ਼ ਧਰੋਹ ਨਾਲ ਸਬੰਧਤ ਪ੍ਰਬੰਧਾਂ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਜਾਏਗਾ। ਬਾਅਦ ਵਿਚ ਬਿੱਲ ਹੋਰ ਵਿਚਾਰ ਵਟਾਂਦਰੇ ਦੀ ਪਾਰਲੀਮੈਂਟਰੀ ਪੱਕੀ ਕਮੇਟੀ ਨੂੰ ਭੇਜ ਦਿੱਤਾ ਗਿਆ। ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਸਵੇਰੇ ਰਾਸ਼ਟਰੀ ਰਾਜਧਾਨੀ ਚ ਪ੍ਰਗਤੀ ਮੈਦਾਨ ਤੋਂ ਤਿਰੰਗਾ ਬਾਈਕ ਰੈਲੀ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ। ਰਾਜ ਸਭਾ ਚ ਸਭਾ ਦੇ ਨੇਤਾ ਪਿਊਸ਼ ਗੋਇਲ, ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਪੁਰਸ਼ੋਤਮ ਰੁਪਾਲਾ, ਮੀਨਾਕਸ਼ੀ ਲੇਖੀ, ਅਰਜੁਨ ਰਾਮ ਮੇਘਵਾਲ ਤੇ ਡਾ ਜਤਿੰਦਰ ਸਿੰਘ ਵੀ ਬਾਈਕ ਰੈਲੀ ਨੂੰ ਝੰਡੀ ਵਿਖਾ ਕੇ ਰਵਾਨਾ ਕਰਨ ਦੌਰਾਨ ਹਾਜ਼ਰ ਸਨ। ਰੈਲੀ ਵਿਚ ਕੇਂਦਰੀ ਮੰਤਰੀਆਂ ਜੀ ਕਿਸ਼ਨ ਰੈਡੀ, ਅਨੁਰਾਗ ਸਿੰਘ ਠਾਕੁਰ, ਸ਼ੋਭਾ ਕਰੰਸੇ, ਕ੍ਰਿਸ਼ਨ ਪਾਲ ਗੁਰਜਰ ਅਤੇ ਕਈ ਲੋਕ ਸਭਾ ਤੇ ਰਾਜ ਸਭਾ ਮੈਂਬਰਾਂ ਨੇ ਹਿੱਸਾ ਲਿਆ। ਰੈਲੀ ਇੰਡੀਆ ਗੇਟ ਨੇੜੇ ਮੇਜਰ ਧਿਆਨ ਚੰਦ ਸਟੇਡੀਅਮ ਚ ਖਤਮ ਹੋਈ। ਇਸ ਮੌਕੇ ਤੇ ਬੋਲਦਿਆਂ ਸ੍ਰੀ ਧਨਖੜ ਨੇ ਸਾਰਿਆਂ ਨੂੰ ਦੇਸ਼ ਨੂੰ ਸਭ ਤੋਂ ਪਹਿਲਾਂ ਰੱਖਣ ਦੀ ਅਪੀਲ ਕੀਤੀ।
मीडिया नाल गलबात करदिआं सभ्याचार मंत्री जी कृष्ण रेड्डी ने कहा कि आजादी का अमृत महोत्सव के समाप्ति समारोह के हिस्से वजों 15 अगस्त तक हर घर तिरंगा प्रोग्राम करवाया जा रहा है। भारतीय डाक सेवा के प्रोबेशनर्स ने अज राष्ट्रपति द्रौपदी मुर्मू नाल राष्ट्रपति भवन विखे मुलाकात की थी। इस मौके ते बोलदिआं राष्ट्रपति ने कहा कि डाक विभाग अपने 160 सालां दे शानदार सफर नाल देश प्रति सेवा दे इक चानण मनारे वजों खड़ा है। उन्हां कहा कि करीब 1,60,000 डाक घरां दे व्यापक नैटवर्क नाल इह दुनिया दा सब तों वड्डा डाक नैटवर्क है। राष्ट्रपति मुर्मू ने माली समावेश विच डाक विभाग की भूमिका की शलाघा की। इह खबरां तुसीं आकाशवाणी जलंधर तों सुन रहे हो। प्रधानमंत्री नरेंद्र मोदी भलके मध्य प्रदेश का दौरा करनगे। ओह 4,000 करोड़ रूपये तों वध दे रेल ते सड़क प्रोजैक्टां दा नींह पत्थर रखणगे ते राष्ट्र नूं समर्पित करनगे। श्री मोदी सागर च संत रविदास मेमोरियल दा नींह पत्थर भी रखणगे। इह यादगार 11 एकड़ तों वध दे इलाके च 100 करोड़ रूपये तों वध दी रकम नाल उसारी जा रही है। प्रधानमंत्री इक जनसभा नूं भी संबोधन करनगे। ਉਹ 1,580 करोड़ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤੇ ਜਾਣ ਵਾਲੇ 2 ਸੜਕ ਪ੍ਰੋਜੈਕਟਾਂ ਦਾ ਵੀ ਨੀਂਹ ਪੱਥਰ ਰੱਖਣਗੇ। ਸ੍ਰੀ ਮੋਦੀ ਕੋਟਾ ਬੀਨਾ ਰੇਲ ਰੂਟ ਤੇ ਦੋਹਰੀਕਰਨ ਦਾ ਵੀ ਉਦਘਾਟਨ ਕਰਨਗੇ ਜੋ 2,475 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਸੂਬੇ ਦੀਆਂ ਸਾਰੀਆਂ ਪੰਚਾਇਤ ਸਮਿਤੀਆਂ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਗ੍ਰਾਮ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਹੈ। ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਦੀ ਚੋਣਾਂ 25 ਨਵੰਬਰ ਨੂੰ ਜਦਕਿ ਗ੍ਰਾਮ ਪੰਚਾਇਤਾਂ ਦੀ ਚੋਣਾਂ 31 ਦਸੰਬਰ ਨੂੰ ਕਰਾਈਆਂ ਜਾਣਗੀਆਂ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਵਿੱਤ ਕਮਿਸ਼ਨਰ ਤ੍ਰਿੰਦਰ ਕੁਮਾਰ ਤਿਵਾਰੀ ਨੇ ਪੰਜਾਬ ਪੰਚਾਇਤੀ ਰਾਜ ਐਕਟ 1994 ਤਹਿਤ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਸੂਬੇ ਵਿਚ 13,000 ਤੋਂ ਵੱਧ ਪੰਚਾਇਤਾਂ ਨੇ ਅਤੇ ਇਸ ਦੌਰਾਨ ਸਰਕਾਰ ਨੇ ਪੰਚਾਇਤਾਂ ਵਿਚ ਪ੍ਰਬੰਧਕ ਨਿਯੁਕਤ ਕਰਨ ਲਈ ਕਿਹਾ ਹੈ। ਪੰਜਾਬ ਮੰਤਰੀ ਮੰਡਲ ਨੇ ਸੜਕ ਹਾਦਸਿਆਂ ਵਿਚ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਦੇ ਉਦੇਸ਼ ਨਾਲ ਸੂਬੇ ਵਿਚ ਸੜਕ ਸੁਰੱਖਿਆ ਫੋਰਸ ਦੇ ਗਠਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਅੱਜ ਚੰਡੀਗੜ੍ਹ ਵਿਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ। ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਫੋਰਸ ਰਾਜ ਤੇ ਕੌਮੀ ਸ਼ਾਹਰਾਹ ਦੀਆਂ 5,500 ਕਿਲੋਮੀਟਰ ਸੜਕਾਂ ਦੀ ਰੱਖਿਆ ਕਰੇਗੀ। ਪਿਛਲੇ ਸਾਲਾਂ ਵਿਚ ਵਾਪਰੇ ਸੜਕ ਹਾਦਸਿਆਂ ਦੇ ਆਧਾਰ ਤੇ ਹਾਈਵੇ ਤੇ ਗਸ਼ਤ ਕਰਨ ਵਾਲੇ ਰੂਟਾਂ ਦੀ ਸ਼ਨਾਖਤ ਕੀਤੀ ਗਈ ਹੈ। ਇਨ੍ਹਾਂ ਰੂਟਾਂ ਤੇ 144 ਪੈਟਰੋਲਿੰਗ ਵਾਹਨ ਤਾਇਨਾਤ ਕੀਤੇ ਜਾਣਗੇ ਜਿਹੜੇ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਵਾਲਿਆਂ ਅਤੇ ਓਵਰ ਸਪੀਡ ਦੀ ਜਾਂਚ ਕਰਨ ਲਈ ਵਿਸ਼ੇਸ਼ ਉਪਕਰਨਾਂ ਨਾਲ ਲੈਸ ਹੋਣਗੇ। ਬੁਲਾਰੇ ਨੇ ਦਸਿਆ ਕਿ ਮੰਤਰੀ ਮੰਡਲ ਨੇ ਆਜ਼ਾਦੀ ਦੇ ਸੰਘਰਸ਼ ਦੌਰਾਨ ਮਾਤ ਭੂਮੀ ਦੀ ਰੱਖਿਆ ਕਰਦਿਆਂ ਜਾਨਾਂ ਵਾਰਨ ਵਾਲੇ ਮਹਾਨ ਸੁਤੰਤਰਤਾ ਸੈਨਾਨੀਆਂ ਅਤੇ ਕੌਮੀ ਨਾਇਕਾਂ ਦੇ ਸਤਿਕਾਰ ਵਿਚ ਹਰੇਕ ਜ਼ਿਲ੍ਹੇ ਦੇ ਪ੍ਰਮੁੱਖ ਪਾਰਕ ਵਿਚ ਸ਼ਹੀਦੀ ਯਾਦਗਾਰ ਬਣਾਉਣ ਦੀ ਮਨਜ਼ੂਰੀ ਵੀ ਦਿੱਤੀ ਹੈ। ਇਨ੍ਹਾਂ ਯਾਦਗਾਰਾਂ ਚ ਸਬੰਧਤ ਜ਼ਿਲ੍ਹੇ ਦੇ ਸ਼ਹੀਦਾਂ ਅਤੇ ਸੁਤੰਤਰਤਾ ਸੰਗਰਾਮੀਆਂ ਦੇ ਨਾਂ ਲਿਖੇ ਜਾਣਗੇ ਤਾਂ ਜੋ ਨੌਜਵਾਨ ਪੀੜ੍ਹੀ ਉਨ੍ਹਾਂ ਦੇ ਮਹਾਨ ਯੋਗਦਾਨ ਤੋਂ ਜਾਣੂ ਹੋ ਸਕੇ। ਇਹ ਯਾਦਗਾਰਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ ਦੀ ਖਾਤਰ ਨਿਸ਼ਕਾਮ ਸੇਵਾ ਲਈ ਪ੍ਰੇਰਿਤ ਕਰਨਗੀਆਂ। ਮੰਤਰੀ ਮੰਡਲ ਨੇ ਸੁਤੰਤਰਤਾ ਦਿਵਸ ਤੋਂ ਪਹਿਲਾਂ ਸੂਬੇ ਭਰ ਦੀਆਂ ਜੇਲ੍ਹਾਂ ਵਿਚ ਬੰਦ 45 ਕੈਦੀਆਂ ਦੀ ਸਜ਼ਾ ਵਿਚ ਵਿਸ਼ੇਸ਼ ਛੋਟ ਦੇਣ ਦਾ ਵੀ ਫੈਸਲਾ ਕੀਤਾ ਹੈ। ਗੁਜਰਾਤ ਵਿਚ ਅੱਜ ਅਹਿਮਦਾਬਾਦ ਨੇੜੇ ਬਵਲਾ ਬਾਗੋਦਰਾ ਸ਼ਾਹਰਾਹ ਤੇ ਇਕ ਹਾਦਸੇ ਵਿਚ ਘੱਟੋ ਘੱਟ 10 ਲੋਕ ਮਾਰੇ ਗਏ ਤੇ 10 ਤੋਂ ਵੱਧ ਜ਼ਖਮੀ ਹੋ ਗਏ। ਹਾਦਸਾ ਉਸ ਸਮੇਂ ਵਾਪਰਿਆ ਜਦ ਇਕ ਮਿੰਨੀ ਟਰੱਕ ਸ਼ਾਹਰਾਹ ਤੇ ਖੜੇ ਇਕ ਟਰੱਕ ਨਾਲ ਟਕਰਾ ਗਿਆ। ਮ੍ਰਿਤਕਾਂ ਚ 3 ਬੱਚੇ ਤੇ 5 ਔਰਤਾਂ ਸ਼ਾਮਲ ਨੇ। ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਚ ਦਾਖਲ ਕਰਵਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ਚ ਹੋਏ ਜਾਨੀ ਨੁਕਸਾਨ ਤੇ ਦੁੱਖ ਪ੍ਰਗਟ ਕੀਤੈ। ਉਨ੍ਹਾਂ ਨੇ ਹਰੇਕ ਮ੍ਰਿਤਕ ਤੇ ਨਜ਼ਦੀਕੀ ਰਿਸ਼ਤੇਦਾਰ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿਚੋਂ 2-2 ਲੱਖ ਰੁਪਏ ਤੇ ਜ਼ਖਮੀਆਂ ਨੂੰ 50,000 ਰੁਪਏ ਦੀ ਮਾਲੀ ਸਹਾਇਤਾ ਦਾ ਐਲਾਨ ਕੀਤੈ। ਸ੍ਰੀ ਮੋਦੀ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨ ਪ੍ਰਭਾਵਿਤਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾ ਰਿਹਾ ਹੈ। ਚੇਨਈ ਚ ਮਰਦਾਂ ਦੀ ਚੈਂਪੀਅਨਜ਼ ਟਰਾਫੀ ਹਾਕੀ ਦੇ ਸੈਮੀ ਫਾਈਨਲ ਚ ਅੱਜ ਭਾਰਤ ਦਾ ਜਪਾਨ ਨਾਲ ਮੁਕਾਬਲਾ ਹੋਏਗਾ। ਮੈਚ ਭਾਰਤੀ ਸਮੇਂ ਅਨੁਸਾਰ ਰਾਤੀ 8:30 ਵਜੇ ਸ਼ੁਰੂ ਹੋਏਗਾ। ਅੰਤ ਵਿਚ ਚੋਣਵੀਆਂ ਖਬਰਾਂ ਇਕ ਵਾਰ ਫੇਰ ਸੁਣ ਲਓ। ਪਾਰਲੀਮੈਂਟ ਦੀਆਂ ਦੋਨੋਂ ਸਭਾਵਾਂ ਅੱਜ ਅਣਮਿੱਥੇ ਸਮੇਂ ਲਈ ਉਠਾ ਦਿੱਤੀਆਂ ਗਈਆਂ ਨੇ। ਕੇਂਦਰੀ ਮੰਤਰੀਆਂ ਤੇ ਪਾਰਲੀਮੈਂਟ ਮੈਂਬਰਾਂ ਨੇ ਸੁਤੰਤਰਤਾ ਦਿਵਸ ਤੋਂ ਪਹਿਲਾਂ ਹਰ ਘਰ ਤਿਰੰਗਾ ਬਾਈਕ ਰੈਲੀ ਚ ਹਿੱਸਾ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਮੱਧ ਪ੍ਰਦੇਸ਼ ਚ 4,000 ਕਰੋੜ ਰੁਪਏ ਤੋਂ ਵੱਧ ਦੇ ਰੇਲ ਤੇ ਸੜਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ ਤੇ ਪੰਜਾਬ ਵਿਚ ਪੰਚਾਇਤ ਸਮਿਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀ ਚੋਣਾਂ 25 ਨਵੰਬਰ ਨੂੰ ਜਦਕਿ ਗ੍ਰਾਮ ਪੰਚਾਇਤਾਂ ਦੀ ਚੋਣਾਂ 31 ਦਸੰਬਰ ਨੂੰ ਹੋਣਗੀਆਂ। ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ।